ਗੁਰਦਾਸਪੁਰ ਦੇ ਕਸਬਾ ਕਾਦੀਆਂ ਤੋਂ ਬਿਆਸ ਨੂੰ ਜੋੜਨ ਵਾਲੇ ਰੇਲਵੇ ਲਾਈਨ ਪ੍ਰੋਜੈਕਟ ਦਾ ਕੰਮ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਸੀ ਜਦਕਿ ਇਸ ਪ੍ਰੋਜੈਕਟ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਕਾਫੀ ਸਮੇਂ ਪਹਿਲਾਂ ਹਰੀ ਝੰਡੀ ਦੇ ਦਿੱਤੀ ਗਈ ਸੀ ਪਰ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਜਦ ਪਿੰਡਾਂ 'ਚ ਜ਼ਮੀਨ ਕਬਜ਼ੇ 'ਚ ਲੈਣ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ ਤਾਂ ਇਸ ਇਲਾਕੇ ਦੇ ਕਿਸਾਨਾਂ ਵੱਲੋਂ ਇਸ ਪ੍ਰੋਜੈਕਟ ਖਿਲਾਫ ਸੰਘਰਸ਼ ਦਾ ਐਲਾਨ ਕਰਦੇ ਹੋਏ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਇਸ ਤਹਿਤ ਪਿੰਡ ਉਦਨਵਾਲ 'ਚ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨੂੰ ਬਣਾਉਣ ਲਈ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਕਈ ਛੋਟੇ ਕਿਸਾਨਾਂ ਦੇ ਘਰ ਅਤੇ ਜ਼ਮੀਨ ਆ ਰਹੇ ਹਨ ਜਿਸ ਨਾਲ ਉਹ ਬਰਬਾਦ ਹੋ ਜਾਣਗੇ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਰੋਕਿਆ ਜਾਏ ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਇਹ ਪ੍ਰੋਜੈਕਟ ਸ਼ੁਰੂ ਹੋਇਆ ਤਾਂ ਉਹਨਾਂ ਦਾ ਸੰਘਰਸ਼ ਹੋਰ ਤੇਜ਼ ਹੋ ਜਾਵੇਗਾ ਸਰਕਾਰ ਮੁਰਦਾਬਾਦ 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 ਕੇਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ 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 ਧੱਕੇ ਨਾਲ ਰੇਲ ਕੱਢਣ ਵਾਲੀ ਸਰਕਾਰ ਮੁਰ ਹੱਕਾਂ ਲਈ ਜੋ ਲੜਦੇ ਲੋਕ ਜਿਨ੍ਹਾਂ ਨੂੰ ਜੋ ਲੜਦੇ ਲੋਕ ਹੱਕ ਲਵਾਂਗੇ ਇਹਦੇ ਨਾਲ ਲੋੜ ਪਈ ਤੇ ਸ਼ੇਰ ਕਰਨਾ ਵੇਖੋ ਜੀ ਜਿਹੜੀ ਲੈਂਡ ਸਰਕਾਰ ਕੱਢ ਰਹੀ ਹੈ ਇਹ ਬਿਲਕੁਲ ਗਲਤ ਕਰ ਰਹੀ ਆ ਕਿੱਲਾ ਕਿੱਲਾ ਜ਼ਮੀਨ ਦਾ ਕਿਸੇ ਦਾ ਅੱਧਾ ਅੱਧਾ ਕਿੱਲਾ ਜ਼ਮੀਨ ਦਾ ਹੈਗਾ ਵਾ ਘਰ ਵਿੱਚ ਆ ਰਹੇ ਆ ਜੇ ਕਿਸੇ ਦੇ ਦੋ ਦੋ ਕਿੱਲੇ ਵੀ ਆ ਤਾਂ ਉਹਦੇ ਵਿੱਚ ਜਿਹੜਾ ਕਿੱਲਾ ਉਹ ਵੀ ਖਰਾਬ ਹੋ ਰਿਹਾ ਵਾ ਇਹ ਲੈਣ ਵਾ ਬਿਲਕੁਲ ਗਲਤ ਵਾ ਨਹੀਂ ਨਿਕਲਣੀ ਚਾਹੀਦੀ ਅਸੀਂ ਸਰਕਾਰ ਸੈਂਟਰ ਨੂੰ ਅਪੀਲ ਕਰਦੇ ਹਾਂ ਕਿ ਇਹ ਲੈਣ ਬੰਦ ਕੀਤੀ ਜਾਵੇ ਫਾਇਦਾ ਕੁਝ ਥੋੜ੍ਹਿਆਂ ਜਾਣਿਆਂ ਨੂੰ ਆ ਅਤੇ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਵਾ ਇਹਦੇ ਨਾਲ ਕਾਦੀਆਂ ਤੋਂ ਲੈ ਕੇ ਵਿਆਜ ਤੱਕ ਤਕਰੀਬਨ 700 ਕਿੱਲਾ 700 ਏਕੜ ਜ਼ਮੀਨ ਜਿਹੜੀ ਆ ਇਹ ਲੈਣ ਦੇ ਵਿੱਚ ਆਊਗੀ ਅਤੇ 700 ਏਕੜ ਦੇ ਵਿੱਚ ਇਕੱਲੀ ਢਪਾਈ ਦੀ ਜਿਹਦੇ ਵਿੱਚ 1.5 ਕਿਲੋਮੀਟਰ ਲੈਣ ਆਈ ਹਾਲੀ ਸਰਵਾ ਹੋਇਆ ਉਹਦੇ ਵਿੱਚ 30 ਕੋਠੀਆਂ ਜਿਹੜੀਆਂ ਜਿਵੇਂ ਤਰ੍ਹਾਂ ਦੀਆਂ ਆਈਆਂ ਅਤੇ ਇੱਥੋਂ ਆਪਾਂ ਗਾੜੀ ਲਾ ਲਈਏ ਵੀ ਆਪਾਂ 30 ਜਾਂ 40 ਕਿਲੋਮੀਟਰ ਗਾਂਹ ਜਾਂਦੇ ਹਾਂ ਅਤੇ ਮੇਰੇ ਹਿਸਾਬ ਨਾਲ 700-800 ਕੋਠੀ ਵੀ ਇਸੇ ਹਿਸਾਬ ਨਾਲ ਆ ਜਾਣੀ ਆ ਅੱਜ ਇਹ ਪ੍ਰਸ਼ਾਸਨ ਨੂੰ ਕਿੱਧਰ ਦਾ ਚਾਅ ਚੜ ਗਿਆ ਇਹਨਾਂ ਨੂੰ ਆਪਾਂ ਵੀ ਇਹ ਲੈਣ ਪੁੱਟਣੀ ਆ ਜਿਹਦੇ ਅੱਗੇ ਭਾਰਤੀ ਕਿਸਾਨ ਜੀ ਨੂੰ ਏਕਤਾ ਉਗਾਹਾਂ ਅਤੇ ਹੋਰ ਇਲਾਕੇ ਦੇ ਵਿੱਚੋਂ ਦੂਜੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਆਪਾਂ ਇਹਦਾ ਪੂਰਾ ਵਿਰੋਧ ਕਰਦੇ ਹਾਂ ਆਪਾਂ ਇਹ ਲੈਣ ਨਹੀਂ ਨਿਕਲ ਦੇਣੀ ਅਤੇ ਸਾਡੀ ਮੰਗ ਹੈ ਕਿ ਜਿਹੜੀ ਇਹ ਕਾਦੀਆਂ ਤੋਂ ਬਿਆਸ ਰੇਲ ਲਾਈਨ ਕੱਢੀ ਜਾ ਰਹੀ ਹੈ ਕਿ ਇਹ ਨਹੀਂ ਚਾਹੀਦੀ ਕਿਉਂਕਿ ਇਹ ਕਿਸਾਨ ਜਿਹੜੇ ਭਰਾ ਇਸ ਵੇਲੇ ਏਰੀਏ ਦੇ ਵਿੱਚ ਪਹਿਲਾਂ ਨੇ ਇਹ ਪਾਕਿਸਤਾਨ ਤੋਂ ਉੱਜੜ ਕੇ ਪਹਿਲੇ ਆਏ ਹੋਏ ਨੇ ਔਰ ਇਹਨਾਂ ਕੋਲ 2-2.5 ਏਕੜ ਤੋਂ ਜ਼ਿਆਦਾ ਜ਼ਮੀਨ ਨਹੀਂ ਹੈ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਰੇਲਵੇ ਲਾਈਨ ਇੱਥੋਂ ਬੰਦ ਕੀਤੀ ਜਾਵੇ ਭਾਈ ਜੀ ਸਾਡੇ ਨਾਲ ਬਹੁਤ ਧੱਕੇਸਾਈ ਹੋ ਰਹੀ ਹੈ ਅਸੀਂ ਅੱਗੇ ਗਰੀਬ ਹਾਂ ਸਾਡੇ ਕੋਲ ਅੱਗੇ 1.5-1.5-2-2 ਪੈਣੀਆਂ ਸਾਡੀਆਂ ਜ਼ਮੀਨ ਵਿੱਚ ਆ ਜਾ ਰਹੀ ਹੈ ਅਤੇ ਅਸੀਂ ਕੀ ਕਰਾਂਗੇ ਸਾਡੇ ਨਾਲ ਬਹੁਤ ਧੱਕੇਸਾਈ ਹੋ ਰਹੀ ਸਾਨੂੰ ਇਹ ਲੈਣ ਬਿਲਕੁਲ ਨਹੀਂ ਚਾਹੀਦੀ ਸਾਨੂੰ ਇਹ ਲੈਣ ਨਹੀਂ ਚਾਹੀਦੀ ਸਾਡੀ ਜ਼ਮੀਨ ਬਹੁਤ ਥੋੜ੍ਹੀ ਆ ਸਾਡੇ ਬੱਚੇ ਕੀ ਖਾਣਗੇ ਸਾਨੂੰ ਇਹ ਲਾਈਨ ਨਹੀਂ ਚਾਹੀਦੀ ਸਾਡੇ ਘਰ ਵੀ ਵਿੱਚ ਆ ਰਹੇ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਪੰਜਾਬ ਟੂਡੇ